सन्मानी दीन दुनिया दे मालक सर्वरे कायनात सतगुरु धन धन श्री गुरु ग्रंथ साहिब सच्चे पातशाह जी महाराज इन्हां दी बख्शिशां भरी पावन पवित्र हजूरी विच सुभाए मान गुरु प्यारी साध संगत जी सतगुरां दी रब्बी रहमत दे महान पात्र हो दूर दुरेडे इलाकियां तों चल के धन धन सतगुरु गुरु रामदास जी महाराज तिन्हां दे पावन पवित्र अस्थान सचखंड श्री हरिमंदर साहिब जी विखे नमस्तक हुंदिया होया हाजरियां भरदिया होया सबना ने भावना श्रद्धा दे नाल जीवन नूं सफलिया करन दा यतन कीता पातशाह सबना ते बख्शिश कर अमृत वेले तों रोजाना ही समुची मानवता दे भले लई सतगुरु जी जो इलाही दरगाही असीस परम पिता परमात्मा जी दे घर दा सुनेहा बाणी रूप विच साडी झोली पाउंदे ने अज दा बख्शिया होया रब्बी बचन शहीदां दे सिरताज सतगुरु धन धन गुरु अर्जुन देव महाराज पिता जी रसना तों उचारिया होया धनासरी राग दा सिरलेख है और धन श्री गुरु ग्रंथ साहिब जी दे पावन अंग 673 और 72 उत्ते ये रब्बी बचन विराजमान है। सत्कार योग भाई साहिब जी पासों आप जी ने पावन बचना दा मूल पाठ सुनिया है। आओ गुरु पिता दे इन्हां बचना नूं बाणी विचार इतिहास राही हिरदे दियां झोलियां दे विच इस सच दी विचारधारा नूं वसाउण दा यतन करिए। सारी संगत प्यार विच भिज के असीस बख्शो दोनों हाथ जोड़ लवाओ हाजरी आखो जी सतनाम वाहे गुरु साहिब जी सतनाम श्री वाहे गुरु साहिब जी तनासरी महला पंजवा जिसका तन मन धन सब तिसका सोई सुगड़ सुजानी धन धन सतगुरु गुरु अर्जुन देव महाराज पिता जी ने इस समुचे शब्द का जो मूल भाव है सिख की जिंदगी का परमेश्वर के चरणों के नाल जिहड़ा नाता है रिश्ता है सांझ है अज महाराज उस सांझ की गल करदे आं ये दात झोली पाउंदे ने कि परमात्मा ने ही सानू सारा कुछ बख्शिया है। परमात्मा दे अफुर फुरने दे विच्चों साडी जिंदगी साडा तन मन धन दिता होया वो बहुत सुघड़ है बड़ा सियाणा है बड़ा दाना है बहुत दानशमंद है जिन्हें ये सारा कुछ साड़ी झोली दे विच आया होया है। ते नहीं सुनिया दुख सुख मेरा तौ बिद निकी खटानी कहण लगे वो वाहिगुरु परमात्मा जिन्हें तन मन धन बख्शे
ਜਦੋਂ ਉਹ ਦੀਨ ਦੁਨੀ ਦਾ ਦਾਤਾ ਜਿਸ ਦਾ ਸਾਰਾ ਕੁਝ ਬਖਸ਼ਿਆ, ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਦੁੱਖ ਸੁੱਖ ਜਿਹੜੀ ਸਾਡੇ ਅੰਦਰ ਬੇਬਲਤਾ ਆ, ਜਿਹੜੀ ਸਾਡੇ ਜੀਵਨ ਦੀ ਅੰਤਰ ਆਤਮਾ ਤੋਂ ਪੁਕਾਰ ਆ, ਜਿਹਨੂੰ ਅਸੀਂ ਅਰਦਾਸ ਦਿੰਦੇ ਹਾਂ, ਜਦੋਂ ਸਾਡੀ ਅਰਦਾਸ ਪਰਮਾਤਮਾ ਸੁਣਦਾ ਹੈ, ਤਿੰਨ ਹੀ ਸੁਣਿਆ, ਦੁੱਖ ਸੁੱਖ ਮੇਰਾ ਤਉ ਬਿਦ ਨੀਕੀ ਖਟਾਨੀ, ਫਿਰ ਕਹਿੰਦੇ ਨੇ ਜੀਵਨ ਦੀ ਇਹ ਬਾਤ ਮਾਲਕ ਦੇ ਦਰ ਪ੍ਰਵਾਨ ਚੜ੍ਹ ਜਾਂਦੀ ਹੈ, ਜ਼ਿੰਦਗੀ ਦੀ ਬਾਤ ਬਣ ਜਾਂਦੀ ਹੈ ਜਦੋਂ ਸਾਡੀਆਂ ਹਿਰਦੇ ਦੀਆਂ ਭਾਵਨਾਵਾਂ ਉਹ ਮਾਲਕ ਸੁਣਦਾ ਹੈ। ਫਿਰ ਅਰਜ਼ ਕਰਾਂ, ਸਾਰੇ ਸ਼ਬਦ ਦੇ ਵਿੱਚ ਮਹਾਰਾਜ ਅੱਜ ਅਰਦਾਸ ਦਾ ਜ਼ਿਕਰ ਕਰਦੇ, ਸਿੱਖ ਨੂੰ ਅਰਦਾਸ ਕਰਨੀ ਆ ਜਾਏ। ਹਰ ਧਰਮ ਦੇ ਵਿੱਚ ਪਿਆਰੀ ਉਹ ਅਰਦਾਸ ਹੈ, ਆਪੋ ਆਪਣੀਆਂ ਭਾਵਨਾਵਾਂ ਪਰੰਪਰਾਗਤ ਜੋ ਕੁਝ ਬਣਿਆ ਹਰ ਧਰਮ ਦੀ ਸੁਚੱਜੀ ਬਾਤ ਹੈ। ਪਰ ਜਦੋਂ ਅਸੀਂ ਮਾਲਕ ਗੁਰੂ ਨਾਨਕ ਸਾਹਿਬ ਦੇ ਧਰ ਦੀ ਗੱਲ ਨੂੰ ਪੜ੍ਹਦੇ ਹਾਂ, ਅਰਦਾਸ ਕੀ ਹੈ? ਵੇਖੋ, ਇੱਕ ਲਬਾਂ ਤੋਂ ਨਿਕਲੇ ਬੋਲ, ਜ਼ੁਬਾਨ ਦੇ ਨਿਕਲੇ ਬੋਲ, ਇਹ ਵੱਧ ਤੋਂ ਵੱਧ ਆ ਛੱਤ ਨਾਲ ਟਕਰਾ ਸਕਦੇ ਹੈ। 10-20-30 ਫੁੱਟ ਦੀ ਦੂਰੀ ਤੱਕ ਬੰਦੇ ਦੀ ਆਵਾਜ਼ ਜਾ ਸਕਦੀ ਹੈ। ਅਰਦਾਸ ਜ਼ੁਬਾਨ ਦੇ ਲਫ਼ਜ਼ਾਂ ਦਾ ਨਾਮ ਨਹੀਂ ਹੈ, ਅਰਦਾਸ ਹੈ ਆਤਮਾ ਦੀ ਤੜਪ, ਰੂਹ ਦਾ ਗੀਤ, ਰੂਹ ਦੇ ਵਿੱਚੋਂ ਨਿਕਲੀ ਹੋਈ ਬੇਬਲਤਾ, ਜਿੱਥੇ ਜਾ ਕੇ ਨਿਮਰਤਾ ਹੈ, ਸਿਦਕ ਹੈ, ਸ਼ਰਧਾ ਹੈ। ਜਦੋਂ ਅੰਤਰ ਆਤਮੇ ਤੋਂ ਆਵਾਜ਼ ਨਿਕਲਦੀ ਹੈ ਤੇ ਉਹਨੂੰ ਅਸੀਂ ਅਰਦਾਸ ਕਹਿੰਦੇ ਹਾਂ। ਔਰ ਯਾਦ ਰਹੇ ਪਿਆਰਿਓ, ਅਰਦਾਸ ਤੋਂ ਵੱਡੀ ਦੁਨੀਆਂ ਦੇ ਵਿੱਚ ਕੋਈ ਸ਼ਕਤੀ ਨਹੀਂ। ਇਹਨੂੰ ਵਿਦਵਾਨਾਂ ਨੇ ਦੋ ਲਫ਼ਜ਼ ਆਖੇ, ਅਰਜ਼ ਦਾਸ਼ਤ। ਅਰਜ਼ ਮੈਨਾ ਬੇਨਤੀ, ਦਾਸ਼ਤ ਮੈਨਾ ਰੱਖਣਾ। ਉਹ ਦੀਨ ਦੁਨੀ ਦਾ ਮਾਲਕ ਜਿਸ ਦੇ ਅੱਗੇ ਅਸੀਂ ਆਪਣੀਆਂ ਭਾਵਨਾਵਾਂ ਨੂੰ ਭੇਟ ਕਰਦੇ ਹਾਂ। ਯਾਦ ਰਹੇ, ਜਿਹੜੀ ਅੰਤਰ ਆਤਮੇ ਦੀ ਅਰਦਾਸ ਆ ਪਿਆਰਿਓ, ਉਹ ਅਸਮਾਨਾਂ ਤੱਕ ਆ, ਅਸਮਾਨ ਤੋਂ ਭਾਵ ਉਹ ਪਰਮਾਤਮਾ ਦੇ ਚਰਨਾਂ ਤੱਕ ਆ। ਜਦੋਂ ਕਿਸੇ ਦੇ ਹਿਰਦੇ ਦੇ ਵਿੱਚੋਂ ਪੁਕਾਰ ਨਿਕਲਦੀ ਹੋਵੇ, ਸਤਿਗੁਰੂ ਕਹਿੰਦੇ ਆ ਜ਼ਿੰਦਗੀ ਦੇ ਵਿੱਚ ਉਤਰਾ ਚੜਾ, ਔਖੇ ਸੌਖੇ ਸਮੇਂ, ਦੁੱਖ ਸੁੱਖ ਤੇ ਜ਼ਿੰਦਗੀ ਚ ਸਦਾ ਚੱਲਦੇ ਰਹਿਣੇ। ਪਰ ਉਹ ਐਸਾ ਦੁਨੀਆਂ ਚ ਕੋਈ ਨਹੀਂ ਜਿਹਦੀ ਜ਼ਿੰਦਗੀ ਸਦੀਵੀ ਖੁਸ਼ੀ ਖੁਸ਼ ਹੋਵੇ। ਪਾਉਣੇ ਐਸਾ ਮਹਾਰਾਜ ਤੇ ਕਹਿੰਦੇ ਨੇ, ਬਾਲੀ ਰੋਵੈ ਨਾਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਹ ਉਤਰਾ ਚੜਾ ਆਇਆ ਜ਼ਿੰਦਗੀ ਦੇ, ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦਰਦ ਹੋਏ ਕੱਪੜੇ ਪਹਿਰੇ ਜਾਏ ਮਨੁੱਖ। ਪਰ ਯਾਦ ਰੱਖ, ਆਪਣੀ ਜ਼ਿੰਦਗੀ ਦੀ ਪੀੜਾ ਕਿਸੇ ਸੰਸਾਰ ਦੇ ਬੰਦੇ ਦੇ ਅੱਗੇ ਹੱਥ ਜੋੜ ਕੇ ਤਰਲੇ ਨਾ ਲਈ। ਅਰਦਾਸ ਕਰ ਉਸ ਮਾਲਕ ਦੇ ਚਰਨਾਂ ਦੇ ਵਿੱਚ, ਔਰ ਸਾਨੂੰ ਅਰਦਾਸ ਕਰਨ ਦਾ ਮਹਾਰਾਜ ਢੰਗ ਦਿੱਤਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਇਸੇ ਅੱਗੇ ਨਾਨਕਾ ਹਲੇ ਕੀ ਚੇ ਅਰਦਾਸ। ਤੀਨੇ ਤਾਪ ਨਿਵਾਰ ਨਹਾਰਾ, ਦੁੱਖ ਹੰਤਾ ਸੁਖ ਰਾਸ, ਤਾਪੋ ਵਿਘਨ ਨਾ ਕੋਉ ਲਾਗੇ ਜਾਕੀ, ਰੱਬ ਅੱਗੇ ਅਰਦਾਸ। ਕਿਤੇ ਮਹਾਰਾਜ ਕਹਿੰਦੇ, ਦੋਏ ਪਰ ਜੋੜ ਕਰੂੰ ਅਰਦਾਸ, ਮਹਾਰਾਜ ਤੇਰੇ ਅੱਗੇ ਖੜੋ ਕੇ। ਵੇਖੋ, ਅਰਦਾਸ ਕਰਨ ਦੇ ਨਾਲ ਇਹ ਕਿਹੜੀ ਗੱਲ ਕਹੀ ਹੈ ਕਿ ਆਪਣੇ ਦੋਨਾਂ ਹੱਥਾਂ ਨੂੰ ਜੋੜ ਕੇ ਖੜੋ, ਤੇ ਅਰਦਾਸ ਦੇ ਵਿੱਚ ਇਹ ਬੇਨਤੀ ਕਰਾਂ, ਹੱਥ ਜ਼ਰੂਰ ਜੋੜੋ। ਦੂਸਰਾ, ਜਦੋਂ ਭਾਈ ਸਾਹਿਬ ਜੀ ਪੰਥਕ ਅਰਦਾਸ ਕਰਦੇ ਆ, ਸ਼ਹੀਦਾਂ ਮੁਰੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਕਿਹਾ ਜਾਂਦਾ, ਬੋਲੋ ਜੀ ਵਾਹਿਗੁਰੂ। ਪਿਆਰੋ, ਇਹਨਾਂ ਗੱਲਾਂ ਤੋਂ ਕਦੀ ਸੰਗੋ ਨਾ, ਜ਼ੁਬਾਨ ਤੋਂ ਨਿਕਲਿਆ ਹੋਇਆ ਹਰ ਲਫ਼ਜ਼ ਬੀਜ ਆ, ਔਰ ਜਦੋਂ ਬੀਜ ਬੀਜਾਂਗੇ ਤੇ ਉਗਦਾ ਜ਼ਰੂਰ ਆ, ਉਹ ਬੀਜ ਕੋਈ ਵੀ ਹੋਵੇ।
है। हजूर कहिंदे ने जिसका तन मन धन सब तिसता, सोई सुगण सुजानी तिन ही सुनिया, दुख सुख मेरा तौ बिद नीकी खटानी। जदों मालक साडी जिंदगी दा दुख सुख सुने, बंदे दी कोशिश बड़ी आपो अपनी पीड़ आपो अपना दर्द कहण दी, पर भटकना भी नाल उन्नी ज्यादा बड़ी। एक सतगुरु के चरणों में अरदास होर किते नहीं, पातशाह कहिंदे प्रभ दातों दा तार, परयो जाचक एक शरणा, मिले दान संतरेन जेहे लग भौजल तरना, बिनत करो अरदास सुनो जे ठाकुर पावे, देहो दर्श प्रभ चाओ भगत ए मन कहरा। ਭੱਟ ਸਾਹਿਬਾਨ ਕਹਿੰਦੇ ਨੇ ਚਿੱਤ ਚਿਤਵੋਂ ਅਰਦਾਸ ਕਹੋ ਪਰ ਕਹਿ ਪੇ ਨਾ ਸਕੋ। ਮਹਾਰਾਜ ਅੰਦਰੋਂ ਚਿਤਵਦਾ ਜ਼ਰੂਰ ਆ ਮਨ, ਚਿੱਤ ਜਿਹੜਾ ਆ ਤੇਰੇ ਅੱਗੇ ਅਰਦਾਸ ਕਰਾਂ, ਪਰ ਮੈਨੂੰ ਤੇ ਅਰਦਾਸ ਕਰਨੀ ਵੀ ਨਹੀਂ ਆਉਂਦੀ। ਪਰ ਕਹਿ ਪੇ ਨਾ ਸਕੋ ਸਰਬ ਚਿੰਤ ਤੁਦ ਪਾਸ, ਸਾਧ ਸੰਗਤ ਹੋ ਤਾਂ ਤੇਰੇ ਹੁਕਮ ਪਵੇ ਨਿਸਾਨ, ਤਉ ਕਰੋ ਸਾਹਿਬ ਕੀ ਸੇਵਾ, ਜਬ ਗੁਰ ਦੇਖੇ ਸ਼ੁਭ ਦਿਸ਼ਤ ਨਾਮ ਕਰਤਾ ਮੁਖ ਮੇਵਾ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਅਰਦਾਸ ਉਹ ਦਾਤ ਹੈ ਜਿਹਦਾ ਜਨਮ ਤੇਰੀ ਜ਼ਿੰਦਗੀ ਤੋਂ ਪਹਿਲਾਂ ਹੋਈ ਹੈ। ਸਾਡੇ ਜਨਮ ਤੋਂ ਪਹਿਲਾਂ ਪਿਆਰਿਓ ਅਰਦਾਸ ਆ। ਬਲਕਿ ਇੱਥੇ ਤੇ ਇਹ ਵੀ ਗੱਲ ਹੈ, ਕਦੇ ਧਰਤੀ ਅਰਦਾਸ ਕਰਦੀ ਆ ਕਿ ਮਹਾਰਾਜ ਮੈਨੂੰ ਸਹਾਰੇ ਦੀ ਲੋੜ ਆ। ਧਰਤੀ ਦੀ ਅਰਦਾਸ ਸੁਣ ਕੇ ਹੀ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਟਾਇਆ। ਕਦੇ ਧਰਤੀ ਦੀ ਅਰਦਾਸ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਸਿੱਖਾ ਤੇਰੇ ਲਈ ਅਰਦਾਸ ਤੋਂ ਬਿਨਾਂ ਤੇ ਕੁਝ ਵੀ ਨਹੀਂ। ਤੇਰਾ ਜਨਮ ਹੋਇਆ ਤੂੰ ਜਨਮ ਤੋਂ ਪਹਿਲਾਂ ਵੀ ਅਰਦਾਸ ਕਰਦਾ ਰਿਹਾ। ਪਹਿਲੇ ਪਹਿਰੇ ਰਹਿਣ ਕੇ ਵਣਜ਼ਾਰਿਆ ਮਿੱਤਰਾ, ਹੁਕਮ ਪਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜ਼ਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਮਾਂ ਦੇ ਗਰਭ ਦੇ ਵਿੱਚ ਆ ਪਿਆਰੇ ਅਰਦਾਸ ਤੇ ਸਿੱਖ ਉੱਥੇ ਵੀ ਕਰਦਾ, ਜੀਵ ਉੱਥੇ ਵੀ ਕਰਦਾ। ਪਰ ਕਮਾਲ ਇਹ ਹੈ ਉਸ ਵੇਲੇ ਸਾਡੇ ਕੋਲ ਕਿਹੜੇ ਲਫ਼ਜ਼ ਆ। ਬੇਨਤੀ ਨੂੰ ਮਾਣਿਓ, ਇੱਕ ਪੰਥਕ ਅਰਦਾਸ ਹੈ ਜਿਹੜੀ ਅੱਖਰਾਂ ਵਿੱਚ ਪਰੋਈ ਹੈ। ਪਿਆਰਿਓ ਇੱਕ ਹਿਰਦੇ ਦੀ ਅਰਦਾਸ ਆ ਜਿਹੜੀ ਅੱਖਰਾਂ ਦੀ ਮੁਥਾਜ ਨਹੀਂ ਹੈ। ਅਰਦਾਸ ਕਰਨ ਵਾਲਾ ਇਹ ਸਿਰਫ ਇੱਕ ਤਰਲਾ ਲਏ ਮਹਾਰਾਜ ਤੇਰੇ ਤੋਂ ਬਿਨਾਂ ਮੇਰੀ ਜ਼ਿੰਦਗੀ ਦਾ ਸਹਾਰਾ ਕੋਈ ਨਹੀਂ, ਇਹ ਵੀ ਤੇ ਅਰਦਾਸ ਆ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਥੋੜਾ ਜਿਹਾ ਆਪਾਂ ਅਰਦਾਸ ਦੇ ਕਨਸੈਪਟ ਨੂੰ ਲੈ ਕੇ ਚੱਲੀਏ। ਅਰਦਾਸ ਪ੍ਰਵਾਨ ਵੀ ਹੁੰਦੀ, ਧਿਆਨ ਦਿਓ, ਅਰਦਾਸ ਪ੍ਰਵਾਨ ਵੀ ਨਹੀਂ ਹੁੰਦੀ। ਦੋਵੇਂ ਪੱਖ, ਕਿਸੇ ਦਾ ਬੁਰਾ ਤੱਕ ਕੇ ਅਸੀਂ ਕਹੀਏ ਮੇਰੀ ਅਰਦਾਸ ਪੂਰੀ ਹੋ ਜਾਏ ਤੇ ਨਹੀਂ। ਧੰਨ ਗੁਰੂ ਅੰਗਦ ਸਾਹਿਬ ਸਤਿਗੁਰੂ ਜੀ ਦਾ ਸਿੱਖ ਆ ਭਾਈ ਜੀਵਾ, ਭਾਈ ਭਾਵਨਾ ਵਾਲਾ। ਰੋਜ਼ ਹੀ ਮਹਾਰਾਜ ਦੀ ਖਿਚੜੀ ਬਣਾ ਕੇ ਲਿਆਉਣੀ। ਇੱਕ ਦਿਨ ਮਾਲਕ ਦੇ ਘਰੋਂ ਪਰਖ ਬਣੀ, ਮੀਂਹ ਹਨੇਰੀ ਚੱਖਣ ਹੈ, ਭਾਈ ਜੀਵਾ ਚੁੱਲ੍ਹੇ 'ਚ ਅੱਗ ਬਾਲਣ ਦਾ ਯਤਨ ਕਰਦਾ ਹੈ, ਅੱਗ ਬੜਦੀ ਨਹੀਂ। ਕੋਸ਼ਿਸ਼ ਕੀਤੀ ਪਰ ਗਲ 'ਚ ਪੱਲਾ ਪਾ ਕੇ ਅਰਦਾਸ ਕਰਦਾ ਹੈ, ਕਿਰਪਾ ਕਰੋ ਮਹਾਰਾਜ ਕਿੱਥੇ ਆ ਮੀਂਹ ਚੱਖਣ ਰੁਕ ਜਾ। ਮੀਂਹ ਚੱਖਣ ਰੁਕਿਆ। ਧਰਮ ਖੰਡ ਕੀ ਬਾਣੀ ਜੋ, ਜਦੋਂ ਸਿੱਖ ਧਰਮ ਖੰਡ ਵਿੱਚ ਆ ਉਹਦੀ ਜ਼ਬਾਨ ਦੇ ਬੋਲਾਂ ਚ ਬਰਕਦੇ ਆ। ਖਿਚੜੀ ਤੇ ਬਣਾ ਕੇ ਲਿਆਇਆ, ਪਰ ਧਿਆਨ ਦੇਣਾ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹ ਖਿਚੜੀ ਪ੍ਰਵਾਨ ਨਾ ਕੀਤੀ। ਕਹਿਣ ਲੱਗੇ ਮਹਾਰਾਜ ਇਹ ਪ੍ਰਵਾਨ ਕਿਉਂ ਨਹੀਂ? ਸਤਿਗੁਰੂ ਕਹਿੰਦੇ ਆ ਪੁੱਤਰਾ ਤੇਰੇ ਕੋਲੋਂ ਤੇ ਥੋੜੀ ਜਿਹੀ ਸ਼ਕਤੀ ਵੀ ਨਾ ਜਰੀ ਗਈ। ਭਾਣੇ ਵਿੱਚ ਰਹਿਣਾ ਸਿੱਖ ਦੀ ਜ਼ਿੰਦਗੀ ਦਾ ਕਰਮ ਆ। ਅੱਜ ਪਤਾ ਨਹੀਂ ਕਿੰਨੇ ਜੀਆਂ ਦਾ ਰਾਸ਼ਨ ਰੋਕ ਕੇ ਤੂੰ ਸਾਡੇ ਲਈ ਬਣਾ ਕੇ ਲਿਆਇਆ। ਮਹਾਰਾਜ ਮੈਂ
ਨੇ ਤੇ ਕਿਸੇ ਦਾ ਰਾਸ਼ਨ ਨਹੀਂ ਰੋਕਿਆ। ਹਜ਼ੂਰ ਕਹਿੰਦੇ ਦੁਨੀਆਂ 'ਚ ਬੜੇ ਜੀਵ ਆ ਜਿਹੜੇ ਹੋਰ ਕਿਤੇ ਵੱਸਦੇ ਆ, ਰਾਸ਼ਨ ਕਿਤੇ ਹੋ ਰਿਹਾ। ਖੁਦਾ ਦੀ ਜ਼ਿੰਮੇਵਾਰੀ ਹੈ, ਹਨੇਰੀ ਰਾਹੀਂ ਤੂਫਾਨ ਰਾਹੀਂ ਉਹਨਾਂ ਦਾ ਰਿਜ਼ਕ ਉੱਡ ਕੇ ਉੱਥੋਂ ਤੱਕ ਜਾਂਦਾ। ਤੂੰ ਰੁਕਿਆ ਆ, ਧਿਆਨ ਦੇਣਾ, ਉਹ ਅਰਦਾਸ ਨੂੰ ਮਹਾਰਾਜ ਪ੍ਰਵਾਨਤਾ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ 72 ਬ੍ਰਹਮ ਗਿਆਨੀਆਂ ਦਾ ਨਗਰਿਆ ਗੱਲਾਂ ਸੁਲਤਾਨਪੁਰ ਲੋਧੀ ਦੇ ਨੇ ਇਕੱਠੇ ਹੋ ਕੇ ਸਿੱਖ ਆਏ, ਮਹਾਰਾਜ ਸਾਨੂੰ ਉਪਦੇਸ਼ ਬਖਸ਼ੋ। ਤੇ ਪਿਆਰਿਓ ਮਹਾਰਾਜ ਪੰਜ ਬਖਸ਼ਿਸ਼ਾਂ ਕਹੀਆਂ। ਸਭ ਤੋਂ ਪਹਿਲੀ ਦਾਤ, ਸਤਿਗੁਰੂ ਕਹਿੰਦੇ ਨਗਰ ਵਾਲੇ ਇਕੱਠੇ ਹੋ ਕੇ ਰੋਜ਼ ਕਥਾ ਕੀਰਤਨ ਦਾ ਦੀਵਾਨ ਸਜਾਓ। ਦੂਜੀ ਬਖਸ਼ਿਸ਼, ਮਹਾਰਾਜ ਕਹਿੰਦੇ ਕੋਈ ਲੋੜਵੰਦ ਮਿਲਦਾ ਹੈ ਉਹਨੂੰ ਪ੍ਰਸ਼ਾਦੇ ਤੋਂ ਬਿਨਾਂ ਕਦੇ ਨਾ ਜਾਣ ਦਿਓ, ਪ੍ਰਸ਼ਾਦਾ ਜ਼ਰੂਰ ਛਕਾਓ। ਤੀਸਰੀ ਬਖਸ਼ਿਸ਼ ਕਹਿਣ ਲੱਗੇ, ਕਿਸੇ ਦਾ ਨੰਗੇਜ਼ ਵੇਖੋ ਤੇ ਉਹਨੂੰ ਕੱਜਣ ਦਾ ਯਤਨ ਕਰੋ, ਉਹਨੂੰ ਵਸਤਰਾਂ ਦੀ ਦਾਤ ਦਿਓ। ਚੌਥੀ ਬਖਸ਼ਿਸ਼ ਕੀਤੀ ਮਹਾਰਾਜ, ਕਹਿੰਦੇ ਆ ਕੋਈ ਬਹੁਤ ਲੋੜਵੰਦ ਹੋਵੇ ਇਕੱਠੇ ਹੋ ਕੇ ਧੰਨ ਉਹਦੀ ਝੋਲੀ ਪਾਓ। ਤੇ ਪੰਜਵੀਂ ਬਖਸ਼ਿਸ਼ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਆ, ਜਿੱਥੇ ਆਪਣਾ ਜ਼ੋਰ ਬਲ ਤਾਣ ਸਿਆਣਪ ਸਾਰਾ ਕੁਝ ਮੁੱਕ ਜਾਏ ਉੱਥੇ ਗੁਰੂ ਦੇ ਅੱਗੇ ਅਰਦਾਸ ਕਰੋ। ਧੰਨ ਗੁਰੂ ਰਾਮਦਾਸ ਮਹਾਰਾਜ ਤੇ ਕਹਿੰਦੇ ਆ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਅਰਦਾਸ।